ਅਸਲਾਮ ਅਲੈਕਮ ਜੀ। ਅੱਜ ਤੁਹਾਨੂੰ ਇੱਕ ਨਵਾਂ ਕੰਮ ਵਿਖਾਉਂਦੇ ਹਾਂ ਕਿ ਗੱਡੀ ਦਾ ਅੰਦਰੋਂ ਜਿਹੜਾ ਮੰਨੀ ਦੀ ਹਾਥੀ ਹੁੰਦੀ ਹੈ ਨਾ ਬਾਰੀ ਖੋਲਣ ਵਾਲੀ, ਉਹ ਟੁੱਟ ਗਈ ਹੈ। ਮਕੈਨਿਕ ਕੋਲ ਗਏ ਹਾਂ ਅਤੇ ਉਹਨੇ ਕਿਹਾ ਕਿ 70 ਉਹਦਾ ਪੀਸ ਅਤੇ 100 ਕੁਆਰ ਮੈਂ ਲਾਉਣ ਦਾ ਇਹਨੂੰ ਵਿੱਚ ਪਾਉਣ ਦਾ, ਕੁੱਲ ਮਿਲਾ ਕੇ ਯਾਨੀ ਕਿ 200 ਯੂਰੋ। ਅਤੇ ਮੈਂ ਗਿਆ ਜਿੱਥੇ ਪੁਰਾਣੀਆਂ ਗੱਡੀਆਂ ਸੱਟੀ ਦੀਆਂ ਨੇ ਉੱਥੋਂ 20 ਰੁਪਈਆਂ ਦਾ ਪੀਸ ਲੈਣ ਦਾ, ਜਿਹੜਾ 70 ਯੂਰੋ ਦਾ, ਉਹ 20 ਯੂਰੋ ਦਾ ਲੈਣ ਦਾ। ਅਤੇ ਹੁਣ ਮੈਂ ਪਾਉਣਾ ਵੀ ਇਹਨੂੰ ਆਪੂ ਹੀ, ਭਾਵੇਂ ਕੰਮ ਖਰਾਬ ਹੋ ਗਿਆ ਅਤੇ ਭਾਵੇਂ ਸਹੀ ਹੋ ਗਿਆ। ਮਕੈਨਿਕ ਨੇ ਕਿਹਾ ਕਿ 3 ਦਿਨ ਬਾਅਦ ਇਹਨੂੰ ਸਹੀ ਕਰਕੇ ਦਿਆਂਗਾ ਅਤੇ ਐਰੋ ਲਾਉਂਦਾ ਮੈਂ 100। ਅਤੇ ਮੈਂ ਹੁਣ ਵੇਖਣਾ ਵਾ ਇਹ ਕੀ ਹੁੰਦਾ, ਕੀ ਹੈ ਨਾ ਇਹ ਅੰਦਰੋਂ ਟੁੱਟ ਗਈ ਹੈ, ਕਿਉਂਕਿ ਇਹਨੂੰ ਇੱਥੋਂ ਹੀ ਛਿੱਕੋ ਅਤੇ ਬਾਰੀ ਖੁੱਲ ਜਾਂਦੀ ਹੈ, ਇਹ ਅੰਦਰੋਂ ਗਈ ਹੈ ਟੁੱਟ। ਅਤੇ ਇਹਨੂੰ ਪਹਿਲਾਂ ਕਰੀਏ ਬਾਰੀ ਵਿਹਲੀ ਕਰ ਲੈਂਦੇ, ਪੀਸ ਤਾਂ ਬਿਲਕੁਲ ਇਹਦੇ ਨਾਲ ਦੇ ਪੀਸ ਇੱਦਾਂ ਹੀ ਹਰ ਲਾਉਣ ਚੀਜ਼ਾਂ ਵੇਖਣੀਆਂ ਨਾ ਚੀਜ਼ਾਂ ਵੇਖਣੀਆਂ ਹੁਣ ਇਹਨੂੰ ਖੋਲਣ ਦਾ ਤਰੀਕਾ ਕਿਸੇ ਤਰੀਕੇ ਨਾਲ ਖੋਲਣਾ, ਇਹ ਨਾ ਆਵੇ ਇਹਨੂੰ ਤਰੋੜ ਕੋਈ ਬਾਰਾਂ ਵੇਖਣੇ ਆ ਖੋਲਣਾ ਤੈਨੂੰ ਮੇਰੇ ਅੰਦਾਜ਼ੇ ਦੇ ਮੁਤਾਬਕ ਨਾ ਬਿਲਕੁਲ ਮੇਰਾ ਅੰਦਾਜ਼ਾ ਠੀਕ ਹੈ। ਇਹ 2 ਕਿੱਲ ਨੇ ਵਿੱਚ, ਇਹ ਥੱਲੇ 2 ਕਿੱਲ ਲੱਗੇ, ਇਹ ਇਹਦੇ ਅੰਦਰ ਨਾ ਇੱਥੇ 2 ਕਿੱਲ ਲੱਗੇ ਨੇ। ਇਹ 2 ਕਿੱਲ ਜੇ ਖੋਲਣੇ ਨਾ ਇਹ ਸਾਰੀ ਆ ਜਿਹੜੀ ਹੈ ਨਾ ਪੰਨੇ ਲਓ ਇਹ ਜਾਏ ਦੀ ਖੋਲ ਲਓ ਜੀ, ਇਹ ਹੁੰਦੇ ਨਾ ਉਹਨਾਂ ਕੋਲ ਹੁੰਦੇ ਨੇ ਔਜ਼ਾਰ ਸਾਰੇ, ਅਤੇ ਸਾਡੇ ਕੋਲ ਜਿਹੜਾ ਔਜ਼ਾਰ ਵੀ ਨਾ ਇਹ ਫਿਰ ਦੇਸੀ ਹੁੰਦੇ ਨੇ, ਪਰ ਖੁੱਲ ਜਾਏਗਾ ਅੱਲਾ ਦੇ ਖੁੱਲੇਗਾ। ਇੱਕ ਕਿੱਲ ਖੁੱਲ ਗਿਆ, ਦੂਜੇ ਵਿਚਾਰੇ ਖੁੱਲਣਾ ਹੀ ਹੈ ਕਿੱਥੇ ਜਾਣਾ। ਓਕੇ, ਇਹਦੇ ਪੀਸ ਜਿਹੜੇ ਨੇ ਸਾਰੇ ਹੱਥ ਧਰੀ ਆ ਵੀ ਹੈ ਅਤੇ ਬਾਕੀ ਨੂੰ ਅੰਦਾਜ਼ੇ ਦੇ ਮੁਤਾਬਕ ਇਹਦੇ ਵਿੱਚ ਨੇ ਇੱਥੇ ਗਾਂ 'ਚ, ਠੀਕ ਹੈ ਨਾ। ਇਹ ਜਿਹੜੀ ਚੀਜ਼ ਹੈ ਨਾ ਇਹ ਬੜੇ ਧਿਆਨ ਨਾਲ ਖੋਲਣੀ ਪੈਂਦੀ ਹੈ ਕਿ ਇਹ ਟੁੱਟ ਜਾਣ ਨਾ ਫਿਰ ਜਿਹੜਾ ਤੁਹਾਡੀ ਬਾਰੀ ਖਰਾਬ ਹੋ ਜਾਏ, ਠੀਕ ਹੈ। ਠੀਕ ਹੈ ਠੀਕ ਹੈ। ਇੱਕ ਅੱਗੇ ਇਹ ਉਹਦਾ ਪੀਸ ਹੈ ਜਿਹੜਾ ਟੁੱਟੇ ਆ, ਵੇਖੀ ਇਹ ਪੀਸ ਟੁੱਟੇ ਆ ਬਾਰੀ ਦੇ ਵਿੱਚ ਪਿਆ, ਹੁਣ ਡਿੱਗਿਆ ਥੱਲੇ ਦਾ ਪੀਸ ਜਿਹੜਾ ਇੱਥੇ ਲੱਗੇ ਆ ਇਹ ਵੀ ਲਾਸ ਹੈ। ਉਹਦੇ ਬਾਅਦ ਇਹ ਗਏ ਖੁੱਲ, ਇਹ ਵੀ ਗਿਆ ਖੁੱਲ, ਅਤੇ ਠੀਕ ਹੈ ਨਾ ਠੀਕ ਹੈ। ਇਹ ਹੋ ਗਿਆ ਹੁਣ ਬਣਾ ਬਣਦੀ ਆ, ਹੁਣ ਵਿੱਚੋਂ ਗਾਂਚੀ ਦੇ ਸਾਰੇ ਜਿਹੜੇ ਨੇ ਵਿੜੇ ਉਹ ਗਏ ਨੇ ਲੈ ਹੈ ਜੀ। ਅੱਛਾ ਉਮਰ ਪੀਸ ਲਿਆ ਮੈਂ ਹੁਣ ਖੋਲ, ਅਤੇ ਇਹ ਪੀਸ ਟੁੱਟੇ ਹੈ ਇਹ ਜਿਹੜਾ, ਇਹ ਫਿਰ ਹੁਣ ਅੱਲਾ ਕਰਨਾ ਪੈ ਹੀ ਜਾਣਾ ਜੇ ਮੈਂ ਖੋਲ ਛੱਡਿਆ
ਇਹਨੇ ਫਿਰ ਲੱਗ ਵੀ ਜਾਣਾ ਹੀ ਹੈ। ਇੱਥੇ ਲੱਗਿਆ ਅਤੇ ਸਟਿਆ ਸਾਰਾ ਖੋਲ ਖਾਲ, ਹੁਣ ਫਿਰ ਅੱਲਾ ਕਰੇ ਦਾ ਨਾ ਇਹਨੂੰ ਵਿੱਚੋਂ ਕੱਢਣ ਦਾ ਵੀ ਕੋ ਮੈਂ ਏੜੀਆ ਲਾ ਲੈਣਾ। ਓਕੇ ਕਿਉਂ ਨਹੀਂ ਇੱਥੇ ਜਾ ਰਿਹਾ ਹੈ? ਪਹਾੜਿਆਂ ਵਿੱਚ ਇਸ ਨੂੰ ਵੀ ਨਿਕਲ ਬਸ ਨਿਕਲੀ ਸਮਾਂ ਠੀਕ ਹੈ ਨਾ। ਹੈਪੀ ਨਹੀਂ ਜੀ, ਬਾਹਰ ਆ ਗਈ। ਹੈਲੋ ਜੀ, ਹੈਪੀ ਨਹੀਂ ਪਈ? ਉਹ ਤੇਰੀ ਪਿੰਨ ਪਈ ਹੈ, ਇਹ ਮੰਨੀ ਲਈ ਪਈ ਹੈ ਠੀਕ ਹੈ ਨਾ। ਇਹ ਟੁੱਟ ਗਿਆ, ਹਾਂ ਬਾਈ ਇੱਥੇ ਲੱਗੀ ਆ ਅਤੇ ਇਹਨੂੰ ਫੁੱਲ ਹੇਠਾਂ ਕਰਕੇ ਨਾ ਅੱਗੂ ਇਹਨਾਂ ਨੂੰ ਐਂ ਕਰਕੇ ਪੇਚਕਸ ਨਾਲ ਨਾ ਇੱਥੋਂ ਬੰਦ ਕਰ ਹੁੰਦਾ। ਬਿਲਕੁਲ ਵਿੱਚ ਫਿੱਟ ਹੋ ਗਿਆ, ਇਹ ਵੇਖੀ ਠੀਕ ਹੈ ਨਾ। ਬਸ ਹੁਣ ਜੋੜਨਾ ਜ਼ਿਆਦਾ ਲੱਗੇ ਤਾਂ 10-15 ਮਿੰਟ ਹੋਰ ਲੱਗਣਾ, ਮੈਂ ਇਹਨੂੰ ਜੋੜ ਸਕਦਾ। ਕੋਲ ਅੰਦਰੋਂ ਪਾ ਲੈ, ਤੇਰੀ ਲੈ ਠੀਕ ਹੋ ਗਈ। ਐਂਡ ਹੋਣੀ ਦਾ ਇਹ ਜਿਹੜੇ ਹੱਥ ਗੰਦੇ ਸ਼ੰਦੇ ਲੱਗੇ ਨੇ ਉਹ ਲਓ ਜੀ, ਮੈਂ ਤੁਹਾਨੂੰ ਸਾਫ਼ ਕਰ ਦਿੰਦਾ ਅਤੇ ਉਹਦੇ ਇਤਨੀ ਮੈਲ ਇਹਦੇ ਚ ਸਾਫ਼ ਕਰ ਦਿੱਤੀ। ਹੁਣ ਇੱਕ ਹੋਰ ਚੀਜ਼ ਤੈਨੂੰ ਦੱਸਣਾ, ਇਹ ਵੇਖੀ ਇਹ ਅਗਰ ਇਹ ਚੀਜ਼ ਇੱਕ ਵਾਰੀ ਉਖੜਨ ਲੱਗ ਪਵੇ ਨਾ ਫਿਰ ਜਿਸ ਟਾਈਮ ਥੋੜ੍ਹੀ ਜਿਹੀ ਲੈ ਕੇ ਨਾ ਬੜੇ ਅਹਤਿਆਤ ਨਾਲ ਉਤਨੇ ਵਿੱਚ ਦੀ ਲਾ ਛੱਡੋ ਅਤੇ ਪੀਸ ਇੱਥੇ ਦਾ ਇੱਥੇ ਹੀ ਵੱਜ ਜਾਏਗਾ। ਬਸ ਹੁਣ ਇਹਦੀ ਜ਼ਿਆਦਾ ਨਹੀਂ ਉਖੜਨ ਲੱਗਾ, ਉੱਥੇ ਤਾਂ ਉੱਥੇ ਹੀ ਨੇ ਰੁਕ ਜਾਣਾ। ਮੇਰਾ ਲੱਗਿਆ ਤਕਰੀਬਨ 40 ਮਿੰਟ ਕਰ ਲਿਆ, 40 ਮਿੰਟ ਮੇਰੇ ਲੱਗੇ ਨੇ ਅਤੇ 200 ਯੂਰੋ ਜੇਕਰ ਮੈਨੂੰ ਕਹਿਣ ਕੋਲ ਜਾਂਦਾ ਹੈ।